ओए लाला रोटी अंदरों किसने फड़ी है? वाला रोटी लाई है उस्ताद जी, उन्हें इतनी असलम लाने रोटी लाने पे रोटी थोड़ी। तू गर्मियों के तंदूर के कोल ऐ खलोता हूं जिम्मे सर्दियां अग से की दी है। लाला फटाफट अग, तेन पता भी थले गैस पता की भा हो गई है। आला फट जी साढ़े ने इदा काम करना आ पैया रोटी तेरी आला फट खाने वाली बनाई जाना गाहकों वास्ते बना। जिदा रोटी के नैन नक्श उस्ताद जी उदा है। जबान बंद कर ला कुत्ते इतने अपनी। और तेनू किन्नी बार क्या भी मिर्चा माड़ा जहा हाथ घुट के पा लिया कर, 1100 रुपये किलो नईया पईया वा। फिक्की आंटी हूँ शिकर वाले भी नहीं खाते, तेन फिक्की ही देनी है। मैं फिक्की दे दू मुड़के गाल तुम सुननी है? सिर्फ सादा गाल सुननी है, मां भैन वाली तू ही सुननी है। ਉਹ ਪਾਲੀ ਆਪਣੀ ਪਲੇਟ ਦੇ ਵਿੱਚ ਖਾ ਰੋਟੀ ਭਾਈ, ਮੇਰੀ ਪਲੇਟ ਦੇ ਵਿੱਚ ਲੱਗਿਆ ਖਾਣ। ਤੂੰ ਆਪਣੇ ਪੈਸੇ ਦੇਣੇ, ਮੈਂ ਆਪਣੇ ਦੇਣੇ ਆ। ਮਾਨ ਉਹ ਤਾਂ ਗਾਹ ਗੱਲ ਦੇਖ। ਅੱਛਾ ਜੀ ਭਾਈ ਕੀ ਖਾਣਾ? ਮੈਂ ਦੱਸਦਾ ਤੁਹਾਨੂੰ ਰਾਸ਼ਦ। ਹਾਂਜੀ ਹਾਂਜੀ ਉਹ ਤੋਂ ਗਾਹਕ ਨੂੰ ਪਤਾ ਕਰ ਵੀ ਕੀ ਗੱਲ ਇਹਨੂੰ ਦੰਦਲ ਪਈ ਆ। ਅੱਛਾ ਜੀ ਕੀ ਖਾਣਾ ਭਾਈ ਨੇ? ਹੈਂ ਹਾਂਜੀ दो जग पानी दे पीले अंदर मूंजी लाई है। पानी तुसी अपने गल च फसा लेना भाजी, नाल को दसो की खाना रोटी खानी है। कहिंदा मैं दस दिना की खाना वा, ये जे दस देवे ना तो मैनू जरूर दस्यो। सलाम अलैकुम। वालेकुम सलाम जी। खाना खाना पान? हाँ खाना ठंडा म्यारी। अच्छा म्यारी पान म्यारी, तुसी नाल फैमिली भी है? नहीं मैं कल्ला ही हां फिलहाल। तो फिर जे कल्ले हां म्यारी पूछनी जरूरी सी, तुसी खाना खाओ। ਪੁੱਛਣਾ ਜ਼ਰੂਰੀ ਹੁੰਦਾ ਨਾ ਸਰ, ਸਾਡਾ ਨਾਮ ਇਸ ਇਲਾਕੇ ਦੇ ਵਿੱਚ ਸਾਡਾ ਨਾਮ ਆ, ਸਾਡਾ ਨਾਮ ਚੱਲਦਾ। ਅਸੀਂ ਆਪ ਚੱਲੀਏ ਭਾਵੇਂ ਨਾ ਚੱਲੀਏ, ਨਾਮ ਸਾਡਾ ਚੱਲਦਾ। ਵੇਸਣ ਕਿੱਥੇ ਆ? ਵੇਸਣ ਭੈਣ ਪਰੇ ਆ, ਨਾਲ ਟੂਟੀ ਬਹਿਣ ਵਾਲੀ ਵੀ ਲੱਗੀ ਆ, ਨਹਾਉਣ ਵਾਲੀ ਆ। ਤੁਸੀਂ ਲੇਕਰ ਹੱਥ ਧੋਣੇ ਇਕੱਲੇ? ਹਾਂ ਬਸ ਉਹ ਹੱਥ ਲਓ ਉੱਥੋਂ। ਭਾਂਡੇ ਧੋਣ ਵਾਲੇ ਉੱਥੇ ਹੱਥ ਧੋਈ ਜਾਂਦੇ। ਸਿਆਣੇ ਕਹਿੰਦੇ ਆ ਕਿ ਹੋਟਲਾਂ ਤੋਂ ਗੋਸ਼ਤ ਨਹੀਂ ਖਾਣਾ ਚਾਹੀਦਾ, ਗੋਸ਼ਤ ਹਰੇਕ ਇਹਦਾ ਸਹੀ ਦਾਲੀ ਦੇ। ਭਾਈ ਨੇ ਜੀ ਓਏ ਭੇਜੋ ਕਿਸੇ ਨੂੰ ਆਰਡਰ ਲੈ ਲਵੇ। ਪੁੱਤਰ ਜਾ ਆਰਡਰ ਲੈ, ਬੰਦਾ ਸਾਫ ਸੁਥਰਾ ਵਾ ਜੀ। ਭਾਣ ਕੀ ਖਾਣਾ ਜੀ? ਕੀ ਪਕਾਇਆ ਜੀ? ਦਾਲ ਚਨਾ, ਦਾਲ ਮਾਸ਼, ਕਲੇਜੀ, ਕੌਰਮਾ, ਕੀਮਾ, ਜਲਫੇ ਦੀ, ਬੀਫ ਕੜਾਈ, ਚਿਕਨ ਕੜਾਈ, ਕੀਮਾ। ਦਾਲ ਦੀ ਪਲੇਟ ਲੈ। ਅੱਛਾ ਜੀ ਜਿੱਦਾਂ ਸਾਰਾ ਕੁਝ ਦੱਸ ਕੇ ਆਰਡਰ ਦਿੱਤਾ, ਆਖਰੀ ਸ਼ਾਇਦ ਪਸੰਦ ਕੀਤੀ ਤੁਸੀਂ ਵੈਸੇ ਦਾਲ? ਪਾਣੀ ਮੰਗਾ ਦਿਓ ਭਾਈ, ਪਾਣੀ ਤਾਂ ਰੱਖੋ ਇੱਥੇ। ਆ ਮੁੰਡਿਆ ਪਾਣੀ ਰੱਖ। ਪਾਣੀ ਭਾਈ ਉਹ ਇੱਕ ਬੰਦਾ ਆਇਆ ਸੀ, ਉਹ ਸਾਰਾ ਹੀ ਉਹ ਪੀ ਗਿਆ ਮੈਨੂੰ ਲੱਗਦਾ। ਭਾਈ ਹਾਂਜੀ ਇੱਧਰ ਆਓ। ਹਾਂਜੀ ਹਾਂਜੀ ਜੀ ਹੁਕਮ। ਸਿਰਫ ਇੰਨੀ ਗੱਲ ਦੱਸੋ, ਜੇ ਕਿਸੇ ਨੇ ਬੰਦੇ ਨੇ ਪੈਸੇ ਦੇਣੇ ਹੋ ਤੇ ਮਤਲਬ ਉਹਨੂੰ ਤੁਸੀਂ ਆਹ ਸਰਵਿਸ ਦਿੰਦੇ? ਕਿਉਂਕਿ ਹੋਇਆ ਭਾਈ? ਆਹ ਗਲਾਸ ਵੇਖੋ, ਆ ਤੁਹਾਡੀ ਸ਼ਕਲ ਤੋਂ ਵੀ ਗੰਦਾ ਵਾ। ਆ ਤਾਂ ਬਿਲਕੁਲ ਗਲਾਸਾਂ ਵਰਗਾ ਗਲਾਸ ਆ ਜੀ। ਉਹ ਗਲਾਸਾਂ ਵਰਗਾ ਤੇ ਹੈ ਪਰ ਵਿੱਚੋਂ ਗੰਦਾ ਵਾ ਭਾਈ। ਉਹ ਵਿੱਚੋਂ ਗੰਦਾ ਆ ਜੱਗ ਨੇ, ਮੈਂ ਦੋ ਜੱਗ ਤੇ ਇਹੋ ਜਿਹਾ ਜੱਗ ਨਹੀਂ ਵੇਖਿਆ। ਲੇਕਿਨ ਇਹ ਜੱਗ ਜਿਹੜਾ ਤੁਸੀਂ ਇਸ ਜੱਗ 'ਚ ਦੇਖ ਲਿਆ ਨਾ, ਇਹ ਤੁਹਾਨੂੰ ਅਗਲੇ ਜੱਗ ਜਾ ਕੇ ਮਿਲਣਾ। ਉਹ ਭਾਈ ਗੰਦਾ ਵਾ ਪਾਣੀ। ਕੋਈ ਗੱਲ ਪਾਣੀ ਆ ਪਾਣੀ ਵੇਖ ਵਿੱਚ ਯਾਰ ਕੀ ਯਾਰ। ਕੋਈ ਨਹੀਂ ਪਾਣੀ, ਤੁਸੀਂ ਸਾਰਾ ਜ਼ਰੂਰ ਪੀਣਾ, ਤੁਸੀਂ ਉੱਤੋਂ ਉੱਤੋਂ ਪੀ ਲਓ। ਓ ਨੋ ਵੀ ਇਹ ਜ਼ਰੂਰੀ ਹੁੰਦਾ ਵੀ ਥੱਲੋਂ ਤੁਸੀਂ ਥੱਲਾ ਨਜ਼ਰ ਆਵੇ ਉਦੋਂ ਹੀ ਪਾਣੀ ਪੀਣਾ ਛੱਡਣਾ। ਆ ਜਾਂਦਾ ਬਹੁਤ ਲੱਗੀ ਆ। ਆ ਜਾਂਦੀ ਪਾਣੀ। ਓਏ ਮੁੰਡਿਆ ਉਹ ਤੈਨੂੰ ਕਿੰਨੀ ਵਾਰੀ ਸਮਝਾਇਆ ਪਾਣੀ ਕਿਉਂ ਨਹੀਂ ਸਾਫ਼, ਪੁੱਤਰ ਭਾਂਡੇ ਧੋ ਕੇ ਕਿਉਂ ਨਹੀਂ ਰੱਖਦੇ ਹੁੰਦੇ ਗਾਹਕ ਦੇ ਅੱਗੇ? ਹੈਂ ਟੋਪੀਆਂ ਦੇਖ ਲਓ ਕਿਵੇਂ ਚੜਾਈਆਂ ਤੁਸੀਂ ਵੀ, ਜਿਵੇਂ ਧੁੰਦ ਪੈਣ ਡਈ ਆ ਇੱਥੇ। ਹੁਣ ਔਰ ਫਟਾਫਟ ਧੋ ਕੇ ਰੱਖ ਉੱਤੇ ਸਾਰਾ ਕੁਛ।
ਸਾਡਾ ਤਾਂ ਪਾਣੀ ਇੰਨਾ ਸਾਫ਼ ਆ ਭਾਜੀ, ਕਈ ਵਾਰੀ ਇੱਥੇ ਬੰਦਿਆਂ ਨੇ ਪੀਤਾ ਰਗਾਂ 'ਚੋਂ ਲੰਘਦਾ ਨਜ਼ਰ ਆਇਆ। ਐਡਾ ਸਾਫ਼ ਪਾਣੀ ਸਾਡਾ, ਸਾਡਾ ਤਾਂ ਲੋਕ ਸਿਰਫ ਪਾਣੀ ਪੀਣ ਆਉਂਦੇ ਆ, ਰੋਟੀ ਘੱਟ ਹੀ ਖਾਂਦੇ ਆ। ਸਾਡਾ ਪਾਣੀ ਮਸ਼ਹੂਰ ਆ ਭਾਜੀ। ਉਰੇ ਆਓ, ਤੁਹਾਨੂੰ ਕੀ ਲੱਗਦਾ ਵੀ ਮੈਂ ਇੱਥੇ ਸੈਲਾਨੀ ਵਾਲਿਆਂ ਦੇ ਹੋਟਲ ਆਇਆ? ਸਰ ਤੁਸੀਂ ਸਾਡੇ ਹੋਟਲ ਆਇਓ ਅੱਲਾ ਵਾਸਤੇ? ਰੋਟੀ ਖਾਣੀ ਆ ਅੱਲਾ ਵਾਸਤੇ? ਕਦੇ ਵੀ ਨਹੀਂ ਖਾਣੀ ਪਾਏ ਓ ਆ ਕੀ ਹੈ ਯਾਰ, ਸਾਡੇ ਹੱਥ ਪੈਰ ਸਲਾਮਤ ਆ, ਲੱਤਾਂ ਸਲਾਮਤ ਆ, ਅੱਲਾ ਵਾਸਤੇ ਕਦੇ ਵੀ ਨਹੀਂ ਖਾਣੀ। ਤੁਸੀਂ ਜੇਬ 'ਚੋਂ ਖਾਣੀ ਆ ਤੇ ਆਪ ਸਾਫੀ ਮਾਰ ਦੇਖ ਲਿਆ ਕਰ ਪੁੱਤਰ, ਇਹ ਤੇ ਸਾਫੀ ਵੱਜਣ ਵਾਲੀ ਆ। ਚੱਲ ਜਾ ਭਾਜਾ ਸਾ, ਫੜ ਕੇ ਲਿਆ ਰੋਟੀ। ਇਹਨੇ ਕਦੀ ਆਪਣੇ ਮੂੰਹ ਤੇ ਸਾਫੀ ਨਹੀਂ ਮਾਰੀ। ਭੈਣ ਮੂੰਹ ਤੇ ਵੱਜਦੀ ਨਹੀਂ, ਗੰਦੀ ਸਾਫੀ ਆ, ਮੂੰਹ ਤੇ ਵੱਜਦੀ ਆ। ਤੁਸੀਂ ਸਮਝਦਾਰ ਬੰਦੇ ਹੋ, ਭੁੱਖ ਲੱਗੀ ਹੈ ਤੁਹਾਨੂੰ, ਦਿਮਾਗ ਖਰਾਬ ਹੋਇਆ ਪਿਆ ਤੁਹਾਡਾ। ਤੁਸੀਂ ਰੱਜੇ ਹੁੰਦੇ, ਤੁਸੀਂ ਕਦੀ ਵੀ ਇੰਨੀਆਂ ਗੱਲਾਂ ਨਹੀਂ ਸੀ ਕਰਨੀਆਂ। ਅੱਲਾ ਭੁੱਖ ਨਾ ਦੇਵੇ ਕਿਸੇ ਨੂੰ। ਆ ਜਾਂਦੀ ਮੰਗਾਓ ਭਾਈ, ਆ ਮੁੰਡਿਆ ਰੋਟੀ ਰੱਖ ਓਏ। ਭੁੱਖੇ ਬੰਦੇ ਦੀ ਵੱਧ ਵੱਧ ਡਰਨਾ ਪੁੱਤਰ, ਭੁੱਖੇ ਬੰਦੇ ਦੀ। ਲੈ ਵੀ ਮੈਂ ਤੇ ਰੋਟੀ ਖਾ ਲਈ ਹੈ ਤੇ ਹੁਣ ਤੂੰ ਖਾ ਕੇ ਤੇ ਆ ਜਾਈਂ। ਤੇ ਕਿੱਦਾਂ ਭੈਣ, ਰੋਟੀ ਦਾ ਮਜ਼ਾ ਆਇਆ? ਹਾਂਜੀ ਰੋਟੀ ਬੜਾ ਮਜ਼ਾ, ਆਉਣਾ ਵੀ ਚਾਹੀਦਾ ਭੈਣ, ਕਿਉਂਕਿ ਟਾਈਮ ਨਾਲ ਸਰਵਿਸ ਦਿੱਤੀ ਤੁਹਾਨੂੰ। ਅੱਛਾ ਜੀ, ਸ਼ੁਕਰੀਆ, ਮਿਹਰਬਾਨੀ। ਇਹ ਕਿੰਨੇ ਪੈਸੇ ਬਣੇ ਮਿੱਤਰ ਹੋਏ ਇਹਨਾਂ ਦੇ? ਹਾਂ 200 ਰੁਪਇਆ, 200 ਰੁਪਇਆ ਭੈਣ ਦੇ। ਅੱਛਾ, ਦੇਣੇ ਆ ਪੈਸੇ, ਕਿਉਂ ਨਹੀਂ ਦੇਣੇ? ਸੋਰੀ ਯਾਰ, ਪੈਸੇ ਤਾਂ ਮੈਂ ਘਰ ਭੁੱਲ ਆਇਆ। ਤੁਸੀਂ ਸਾਰੀਆਂ ਜੇਬਾਂ ਦੇ ਵਿੱਚ ਹੱਥ ਮਾਰਨ ਤੋਂ ਬਾਅਦ ਕਹਿਣ ਦਿਓ ਕਿ ਪੈਸੇ ਮੈਂ ਘਰ ਭੁੱਲਿਆ। ਜਦੋਂ ਬੰਦਾ ਘਰੋਂ ਨਿਕਲਦਾ ਵਾ, ਕਮ ਸੇ ਕਮ ਪੈਸਿਆਂ ਦਾ ਪਤਾ ਤਾਂ ਹੁੰਦਾ ਉਹਨੂੰ ਭਾਜੀ। ਕੱਪੜੇ ਬਦਲੇ ਸੀਗੇ ਨਾ, ਦੂਸਰੀ ਕੱਪੜਿਆਂ ਦੇ ਵਿੱਚ ਹੀ ਰਹਿ। ਜਦੋਂ ਰੋਟੀ ਖਾਣ ਜਾਓ, ਕਦੇ ਵੀ ਕੱਪੜੇ ਬਦਲ ਕੇ ਨਾ ਜਾਓ। ਗੰਦੇ ਕੱਪੜਿਆਂ ਜਾਓ, ਉੱਤੇ ਰੋਟੀ ਗਿਰ ਜਾਵੇ, ਦਾਗ ਲਾ ਜਾਵੇ, ਕੌਣ ਜ਼ਿੰਮੇਦਾਰ ਆ? ਕਮਾਲ ਆ ਤੁਹਾਡੀ ਵੀ, ਤੁਸੀਂ ਕਮ ਸੇ ਕਮ ਪਹਿਲੀ ਬੁਰਕੀ ਤੋਂ ਬਾਅਦ ਵੀ ਤੁਹਾਨੂੰ ਯਾਦ ਨਹੀਂ ਆਵੇ ਤੁਹਾਡੇ ਕੋਲ ਪੈਸੇ ਹੈ ਨਹੀਂ। ਭਾਈ ਕਿੱਦਾਂ ਤੁਸੀਂ ਦੇ ਦੋਗੇ 3 ਰੋਟੀਆਂ ਤੁਸੀਂ ਖਾ ਲੀਆਂ? ਜਾਂ ਤਾਂ ਰੋਟੀ ਮਾੜੀ ਮੋਟੀ ਘੱਟ ਖਾ ਲੈਂਦੇ ਭਾਈ, ਲੇਕਿਨ ਸ਼ਾਮ ਨੂੰ ਤੁਸੀਂ ਪਹੁੰਚਾਉਣੇ ਆ ਪੈਸੇ ਤੁਹਾਡੀ, ਮਿਹਰਬਾਨੀ। ਠੀਕ ਹੈ, ਇਨਸ਼ਾਅੱਲਾ ਜ਼ਰੂਰ ਪਹੁੰਚਾ ਦੇਵਾਂਗੇ। ਚਲੋ ਥੈਂਕ ਯੂ, ਮਿਹਰਬਾਨੀ। ਰੋਟੀ ਦੇਣ ਲੱਗਿਆ ਪਹਿਲੇ ਝਾਤੀ ਮਾਰ ਲਈ ਤੀ ਹੁੰਦੀ, ਬੰਦਾ ਕਿੱਦਾਂ ਦਾ ਵਾ? ਭਾਈ ਜਾਨ ਕਿੱਦਾਂ ਖਾਣੇ ਦਾ ਮਜ਼ਾ ਆਇਆ? ਹਾਂਜੀ ਬਹੁਤ ਅੱਛਾ ਖਾਣਾ ਸੀ। ਥੈਂਕ ਯੂ, ਮਿਹਰਬਾਨੀ ਭਾਜੀ। ਕਿੰਨੇ ਪੈਸੇ ਬਣੇ ਮੁੰਡਿਆ ਇਹਨਾਂ ਦੇ? 150 ਰੁਪਇਆ ਭੈਣ। ਭਾਜੀ ਮੈਂ ਤਾਂ ਪਰਸ ਘਰ ਭੁੱਲ ਆਇਆ। ਅੱਜ ਕੋਈ ਹਵਾ ਭੁੱਲਣ ਵਾਲੀ ਚੱਲੀ ਆ ਬਾਹਰ, ਤੁਸੀਂ ਭੈਣ ਦੇਖੋ ਸੀ ਗੌਰ ਨਾਲ, 150 ਰੁਪਇਆ ਵਾ ਉਹ ਤਾਂ ਭੁੱਲਣਾ ਹੀ ਨਹੀਂ ਚਾਹੀਦਾ। ਤੇ ਇਹਦਾ ਹੁਣ ਹੱਲ ਕੀ ਭਾਜੀ? ਮੈਂ ਹੁਣ ਤੁਹਾਡੇ ਨਾਲ ਚੱਲਾਂ ਭਾਜੀ, ਮੈਂ ਫੇਰ ਆਵਾਂਗਾ, ਤੁਹਾਨੂੰ ਮੈਂ ਦੇ ਜੂੰਗਾ ਫੇਰ ਆ ਕੇ। ਕੋਈ ਵੀ ਨਹੀਂ ਆਉਂਦਾ, ਗੱਲਾਂ ਹੀ ਬਣੀਆਂ ਪੁੱਤਰ। ਜਦੋਂ ਬੰਦਾ ਗਾਹਕ ਰੋਟੀ ਖਾਣ ਵਾਸਤੇ ਆਵੇ ਨਾ, ਸਭ ਤੋਂ ਪਹਿਲੇ ਲੰਘਦੇ ਵੜਦੇ ਉਹਦੀ ਜੇਬ ਦੇ ਵਿੱਚ ਮਾੜੀ ਜਿਹਾ ਹੱਥ ਲਾ ਲੈਣਾ, ਭਾਰੀ ਹੋਵੇ ਤਾਂ ਭਾ ਦੇਣਾ ਵਾ, ਹਲਕੀ ਹੋਵੇ ਨਾ ਤੇ ਉਹਨੂੰ ਪੁੱਤਰ ਇੱਥੋਂ ਪਾਣੀ ਪੀ ਕੇ ਉਹਨੂੰ ਕਹਿਣਾ ਅਗਲੀ ਦੁਕਾਨ ਦੱਸ ਦੇਣੀ ਉਹਨੂੰ। ਬਹੁਤ ਮਿਰਚ ਪਾਉਂਦੇ ਹੋ ਭਾਈ ਤੁਸੀਂ, ਤੁਸੀਂ ਮੁਕੰਦਰਾਂ ਵਾਲੇ, ਤੁਹਾਨੂੰ ਮਿਰਚਾਂ ਲੱਗਣ ਡਈਆਂ, ਇਹ ਤਾਂ ਜਿੰਨੀਆਂ ਮਹਿੰਗੀਆਂ ਕਿਸੇ ਨੂੰ ਵੀ ਨਹੀਂ ਲੱਗਣ ਡਈਆਂ। ਸਾਡੇ ਵੱਸੋਂ ਬਾਹਰ ਆਏ ਰੋਟੀ, ਕਿੱਦਾਂ ਭਾਜੀ ਰੋਟੀ ਦਾ ਮਜ਼ਾ ਆਇਆ? ਨਹੀਂ, ਦੋ ਤਿੰਨ ਬੰਦੇ ਪਹਿਲੇ ਹੋ ਕੇ ਗਏ ਨਾ, ਮਜ਼ਾ ਮੈਨੂੰ ਵੀ ਨਹੀਂ ਆਉਣ ਡਿਆ। ਸਾਡਾ ਉਹਨਾਂ ਨਾਲ ਕੀਤਾ ਲੱਗਾ। ਮੁੰਡਿਆ ਕਿੰਨੇ ਪੈਸੇ ਬਣੇ ਭਾਜੀ ਦੇ? 250 ਰੁਪਇਆ ਜੀ। ਅਦਾਲ ਦਾ? ਹਾਂਜੀ, ਹੋਰ ਤੁਹਾਡੇ ਨਾਲ ਦਾ ਜਿਹੜਾ ਸੀ ਉਹਦੀ ਲੈਂਡ ਹੈ। ਤੁਹਾਡਾ ਕਹਿ ਰਿਹਾ ਭੈਣ, 250 ਰੁਪਇਆ। ਇਹ 'ਚ ਕਿਤੇ ਕੋਈ ਬੋਟੀ ਵਿਖਾ ਦੇ ਮੈਨੂੰ। ਕਿਹਦੇ ਵਿੱਚ? ਇਹਦੇ 'ਚ। ਇਹ 'ਚ ਤੂੰ ਮੈਨੂੰ ਦਿਖਾ ਦੇ, ਮੈਂ ਨਹੀਂ ਨਾ ਦਿਖਾ ਸਕਦਾ, ਮੈਂ ਝੂਠਾ ਹੋ ਗਿਆ, ਤੂੰ ਦਿਖਾ ਦੇ। ਤੇ ਫਿਰ ਤੂੰ 250 ਰੁਪਇਆ ਕਿਸ ਹਿਸਾਬ ਨਾਲ ਮੰਗਾ? ਇਹਦਾ ਦਾਲ ਦਾ, ਦਾਲ ਪਤਾ ਕੀ ਭਾਅ ਹੋਗੀ? ਕੀ ਭਾਅ ਹੋਗੀ? ਜੇ ਤੈਨੂੰ ਮੈਂ ਭਾਅ ਦੱਸਦਾ, ਤੂੰ ਮੈਨੂੰ ਛੱਡ ਕੇ ਮੈਨੂੰ ਦਿਲ ਕਰੇ ਉਹ ਦੁਕਾਨ ਤੋਂ ਲੈਣ ਚਲਾ ਜਿਵੇਂ। ਪੈਸੇ ਮੰਗੀਦੇ ਹੁੰਦੇ ਜਿਹੜਾ ਬਣਦਾ ਭਾਜੀ, ਉਹ ਹੀ ਮੰਗਣ ਡਏ ਤੁਹਾਡੇ ਤੋਂ। ਫਿਰ ਲਓ, ਹੋਰ ਫਿਰਨਾ ਤਾਂ ਫਿਰ ਲਓ। ਹਾਂਜੀ,
मेरा पर्स किधर डिग पिया वा। पर्स तेरा गिर गया ना। पर्स इतने सारी दुनिया का पर्स गिरन डे आज इतो जाना नहीं तू कि गिलास धोते तो नहीं पानी धोता तो नहीं है सालन तेरा कि बोटी है नहीं है पैसा रुपया जेब है नहीं जाना नहीं कि मुंडे दुकान बंद कर इतो बंदा बहर ना जाए कोई पैसे दे के जाने तू पैसे घर भुलिया मैं घर ला चलो मैं पैसे चुकी जावा तो पैसे दे मैं जवान बंद कर ला अपनी पैसे कड़ काका पैसे दे के जाने नहीं तो मूह मैं रोटी कड़नी अपनी घड़ी ना बांह सजाई पई है रुपया जेब च नहीं है ला किन्ने दी घड़ी किन्ने दी 120 ਅੱਛਾ ਜਿਹੜਾ ਬੰਦਾ ਹੁੰਦਾ ਕਹਿੰਦਾ ਪੈਸੇ ਘਰ ਭੁੱਲ ਗਏ ਪੈਸੇ ਕੱਢ ਅੱਛਾ ਫਾਤ ਜੀ ਨੂੰ ਸਦਣਾ ਇੱਥੇ ਪੈਸੇ ਇੱਥੇ ਦੇ ਕੇ ਫੇਰ ਤੈਨੂੰ ਮੈਂ ਜਾਣ ਦੇਣਾ ਪੈਸੇ ਉਹ ਭਾਈ ਮੇਰਾ ਕੋਈ ਵੀ ਨਹੀਂ ਮਰਦਾ ਚੰਗ ਮਾਰਨ ਨਾਲ ਕੋਈ ਮਰਦਾ ਮੈਂ ਤੇਰੇ ਵਰਗਿਆਂ ਨੂੰ ਜਾਣਦਾ ਜਿਹੜੇ ਪਰਸ ਗਿਰਦੇ ਆ ਹੈ ਸਾਰਾ ਦਿਨ ਫਿਰਦਾ ਰਹੇ ਉਦੋਂ ਗਿਰਿਆ ਨਹੀਂ ਆ ਰਾਤ ਦੇ ਟਾਈਮ ਗਿਰ ਗਿਆ ਤੇਰਾ ਰੋ ਨਾ ਰੋਟੀ ਰੱਜ ਕੇ ਖਾਧੀ ਆ ਤੂੰ ਅੱਖਾਂ 'ਚ ਪਾਣੀ ਪੈ ਗਿਆ ਹੋਣਾ ਤੇਰੇ ਦੋ ਵਾਰੀ ਤਾਂ ਪਿਆਜ਼ ਮੰਗਾ ਲਿਆ ਤੂੰ शाम इथे मैं जाके सूरज थले सुटिया मैं किन्ने बंदे को पैसे ले लेने हर बंदा मैं शाम दे कही जान दिया मुंडिया अच्छे बंदा को रोटी खान ना आवे मैं काम छड़ दिता बस बंद करो दुकान रोटी ऐ खा दे जी मैं नानके दे 3 महीने दी छुट्टियां गुजारन आया तू रोटी बहरों को खादी किसरे की करना रहना तू पेंसरे रोटी खान आया जिनी दूरों तू खाना है तेरे को पैसे है ही नहीं सी तेरे को पैसे होंगे अपने महल खानी सी तू परस तेरा नहीं गिरिया इतने बला बंद पैसों तो बगैर मैं नहीं जान देना नहीं तो 1.5 लाख प्लेट धोने वाली पई सारी तो oh, no. तेरी वजह ना मैं अपना कारोबार बंद किया सारा oh, no. मैं पैसे चाहिए मैं पैसे चाहिए मैं पैसे दे मैं देना पैसे नहीं दिता तू अच्छा ज्यादा दे दे धीमे को पैसे नहीं है तो उन्होंने किन्नी मार पै रही है सोच इस पैसा ना सानू उत्ते जाके किन्नी मार पेगी चला यार उदे पैसे वापस करके ओ भाई जान एक मिनट यार ना मारो उन्हें यार हाँ जी ऐ सही कह रहा बंदा की कह रहा है ये की कह रहा है जी भाजी ए वाकई परस डिग गया ए हाँ जी जेडे सवेर के मैंने कहा 40 बंदे पहले धार करके उन्होंने परसन की गल सी भाजी ओदा नहीं मैंने पता हाँ जी बरल ए परस डिग गया ए कित्थे गिरिया भाजी तुहाडे वेड़े च गिरिया चल दे परस आ तां बंदा पानी काशा अगले जेब चो आप लिया तू
भाजी छोड़ो सारी गल आ लो भाई जान अपना पर्स रोना पहले खोल के देख ला हो सकता दोबारा रोना पै जाए तेन खोल के देख लो बाकी गल है कि 250 रुपया कढ़ लो फिर भावे जिदा मर्जी घर जाके रोंद रहे हो ये तो लभन वाला है ही नहीं सी ये तो लभन वाला है ही नहीं सी आ जेड़ा पर्स लभी फिरदा तू है ये तो लभन वाला है ही नहीं सी है आ खाली पर्स की इन्नी फाजत कर पैसे कितने पैसे मैं लैदा रखता हूं भाई लैदा रखता हाँ जी वो तेरे को जो पैसे है सी तो मार के उन्नी खाती है भाजी मैं क्या सी मालछीए दे पैसे बच जाने दी पटाउण दी आदत आ मैं रुपया 500 लाना जुतियां तेरे होर मारनियां मैं होर मारनियां तेरे